ਦਾਹ ਫਿਲਮਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਕਹਿੰਦੇ ਨੇ ਕਿ ਕਿਸੇ ਵੀ ਕੰਮ ਦੇ ਵਿੱਚ ਨਾ ਜਿਹੜਾ ਪਹਿਲਾ ਪੈਰ ਰੱਖਣਾ ਹੁੰਦਾ ਉਹ ਥੋੜਾ ਔਖਾ ਲੱਗਦਾ, ਪਰ ਉਸ ਤੋਂ ਬਾਅਦ ਨਾ ਰਾਵਾਂ ਆਪੇ ਮਿਲਦੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਦੇ ਨਾਲ 2009 ਦੇ ਵਿੱਚ ਐਕਟਿੰਗ ਦੇ ਵਿੱਚ ਪੈਰ ਰੱਖਿਆ ਸੀਗਾ ਹਰੀਸ਼ ਵਰਮਾ ਨੇ। ਜੱਟ ਟਿੰਕਾ ਦੇ ਨਾਮ ਤੋਂ ਉਹਨਾਂ ਨੂੰ ਬਹੁਤ ਚੰਗੀ ਪਹਿਚਾਣ ਮਿਲੀ ਤੇ ਅੱਜ ਪੂਰੇ 10 ਸਾਲਾਂ ਬਾਅਦ ਲੋਕੀ ਉਹਨਾਂ ਨੂੰ ਕਹਿਣਾ ਸ਼ੁਰੂ ਹੋ ਗਏ ਨੇ ਆਇਆ ਵੱਡਾ ਨਾਢੂ ਖਾਨ। ਤੇ ਇਹਨਾਂ ਤੋਂ ਪੁੱਛਦੇ ਆ ਕਿ ਕਿਉਂ ਕਹਿ ਰਹੇ ਲੋਕੀ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਨੂੰ ਇਸ ਕਰਕੇ ਨਾਢੂ ਖਾਨ ਕਹਿ ਰਹੇ ਨੇ ਸਾਰੇ, ਕਿਉਂਕਿ 26 ਤਰੀਕ ਫਿਲਮ ਆ ਰਹੀ ਹੈ ਮੇਰੀ ਨਾਢੂ ਤੇ ਸਿਨੇਮਾ ਘਰਾਂ ਚ, ਔਰ ਬਹੁਤ ਸੋਹਣੀ ਫਿਲਮ ਹੈ, ਉਸ ਮੈਂ ਨਾਢੂ ਖਾਂ ਬਣਿਆ ਹੋਇਆ। ਹਾਲਾਂਕਿ ਮੇਰਾ ਨਾਮ ਚੰਦਨ ਹੈ, ਬਟ ਮੈਨੂੰ ਪਿੰਡ ਵਾਲੇ ਵੀ ਨਾਢੂ ਖਾਂ ਕਹਿੰਦੇ ਆ, ਮੈਂ ਆਪਦੇ ਆਪ ਨੂੰ ਨਾਢੂ ਖਾਂ ਸਮਝਦਾ। ਤੇ ਦੇਖਦੇ ਹਾਂ ਹੁਣ ਮੈਂ ਨਾਢੂ ਖਾਂ ਹਾਂ ਕਿ ਨਹੀਂ ਫਿਲਮ। ਤੇ ਇਹ ਪਰਸਨਲ ਲਾਈਫ ਚ ਕੋਈ ਏਦਾਂ ਐਕਸਪੀਰੀਅੰਸ ਹੋਇਆ ਕਿ ਤੁਹਾਨੂੰ ਕਿਸੇ ਨੇ ਕਿਹਾ ਆਇਆ ਵੱਡਾ ਨਾਢੂ ਖਾਨ? ਨਹੀਂ, ਮੈਨੂੰ ਏਦਾਂ ਤਾਂ ਨਹੀਂ ਕਦੇ ਕਿਸੇ ਨੇ ਕਿਹਾ, ਪਰ ਇੱਕ ਅੱਧੀ ਵਾਰੀ ਕਮੈਂਟ ਆਇਆ ਸੀ ਫੁਕਰੀ ਲਿਖਿਆ ਸੀ, ਤੇ ਮੈਂ ਤਾਂ ਫੁਕਰੀ ਮਾਰੀ ਵੀ ਨੀ ਕਦੇ, ਪਤਾ ਨੀ ਕਿਉਂ ਲਿਖਿਆ ਅਗਲੇ ਨੇ। ਤੇ ਉਹ ਜਿਹੜੀ ਉਹ ਛੱਤ ਵਾਲੀ ਛਿਪਕਲੀ ਹੈ ਉਹ ਉਧਰੋਂ ਦੀ ਹਿੱਲੀ 10 ਸਾਲਾਂ ਬਾਅਦ ਕਿ ਨਹੀਂ, ਕਿਉਂਕਿ 10 ਸਾਲ ਪਹਿਲੇ ਸ਼ੁਰੂਆਤ ਉੱਥੋਂ ਹੀ ਹੋਈ ਸੀ। ਹਾਂ, ਰੀਟਾ ਹੈ ਨਾ, ਰੀਟਾ ਉਹ ਅੱਜ ਕੱਲ ਤਾਂ ਦਿਖਦੀ ਹੀ ਨੀ ਰੀਟਾ। ਹਾਏ, ਅੱਜ ਕੱਲ ਸ਼ਾਇਦ ਵਿਆਹ ਹੋ ਗਿਆ ਦਾ, ਆਪਦੇ ਘਰੇ ਚਲੀ ਗਈ, ਘਰ ਬੁਲਾਇਆ ਨਹੀਂ, ਬੁਲਾਇਆ ਨਹੀਂ ਉਹਨੇ ਤੁਹਾਨੂੰ, ਨਹੀਂ ਸੱਦਿਆ ਨਹੀਂ, ਨਹੀਂ ਬੁਲਾਇਆ। ਹਰੀਸ਼ ਜੀ, 10 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ, 10 ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ ਇੰਡਸਟਰੀ ਦੇ, ਸਭ ਤੋਂ ਪਹਿਲਾਂ ਗੱਲ ਕਰੀਏ ਕਿ ਕੀ ਫਰਕ ਮਹਿਸੂਸ ਕਰਦੇ ਹੋ ਕਿ ਕਿਵੇਂ ਚੱਲਣਾ ਸ਼ੁਰੂ ਹੋਈ ਸੀ ਤੇ ਕਿਵੇਂ ਚਲਦੀ ਚਲਦੀ ਬਦਲ ਰਹੀ ਹੈ? ਓਕੇ, ਮੈਂ 2009 ਚ ਇੱਕ ਸੀਰੀਅਲ ਸ਼ੁਰੂ ਕੀਤਾ ਸੀ ਬੰਬੇ, ਸਫ਼ਰ ਨੂੰ ਅੱਜ 10 ਸਾਲ ਹੋ ਗਏ ਹੈ ਨਾ, 2019 ਹੋ ਗਿਆ। ਤੇ ਫਿਲਮਾਂ ਮੈਂ ਉਸ ਤੋਂ ਬਾਅਦ ਜੁਆਇਨ ਕੀਤੀਆਂ, ਮਤਲਬ 8-9 ਸਾਲ ਹੋ ਗਏ, 2010 ਦੇ ਵਿੱਚ ਫਿਰ ਰਿਲੀਜ਼ ਹੋਈ। ਹਾਂਜੀ ਹਾਂਜੀ ਹਾਂਜੀ, ਤੇ ਹੈ ਨਾ ਬਈ ਸਫ਼ਰ ਮੇਰਾ ਵਧੀਆ ਰਿਹਾ, ਉਤਰਾਅ ਚੜਾਅ ਆਏ, ਬਹੁਤ ਕੁਛ ਮੈਂ ਦੇਖਿਆ ਸਿੱਖਿਆ, ਬਹੁਤ ਕੁਛ ਮੈਨੂੰ ਸਮਝ ਲੱਗਾ, ਔਰ ਮੈਨੂੰ ਹੁਣੇ ਆ ਤੁਹਾਡੀ ਗੱਲ ਤੋਂ ਹੀ ਪਤਾ ਲੱਗਾ ਕਿ 10 ਸਾਲ ਹੋ ਗਏ ਨੇ। ਹਾਂ, ਮਤਲਬ 9-10 ਸਾਲ ਹੋ ਗਏ ਨੇ। ਬਿਲਕੁਲ, ਪਹਿਲਾਂ ਫਿਲਮਾਂ ਬਣਦੀਆਂ ਸੀਗੀਆਂ, ਲੋਕੀ ਫਿਲਮਾਂ ਮਤਲਬ ਬਹੁਤ ਘੱਟ ਲੋਕੀ ਸੀ ਜਿਹੜੇ ਇੱਧਰ ਨੂੰ, ਜਿਹਨਾਂ ਦਾ ਰੁਝਾਨ ਸੀਗਾ ਪੰਜਾਬੀ ਫਿਲਮਾਂ ਪਾਉਣ, ਬਟ ਜਦੋਂ ਚੱਲਣ ਲੱਗ ਗਈਆਂ ਫਿਰ ਲੋਕਾਂ ਨੇ ਆਉਣਾ ਸ਼ੁਰੂ ਕੀਤਾ, ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ, ਵਧੀਆ ਸਕ੍ਰਿਪਟਸ ਆਉਣੀਆਂ ਸ਼ੁਰੂ ਹੋਈਆਂ। ਹੁਣ ਲੱਕੀਲੀ ਸਾਡੇ ਕੋਲ ਬਹੁਤ ਟੈਲੈਂਟਡ ਲੋਕ ਨੇ, ਰਾਈਟਰਸ ਬੜੇ ਟੈਲੈਂਟਡ ਨੇ, ਡਾਇਰੈਕਟਰਸ ਬੜੇ ਟੈਲੈਂਟਡ ਨੇ, ਕਲਾਕਾਰ ਨੇ, ਸਭ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ। ਇਹ ਵਧੀਆ ਗੱਲ ਹੈ, 10 ਸਾਲਾਂ ਦੇ ਵਿੱਚ ਇਹ ਇੱਕ ਵਧੀਆ ਇੰਡਸਟਰੀ ਸਿਨੇਮਾ ਦੇ ਤੌਰ ਤੇ ਸਾਹਮਣੇ ਆਈ ਹੈ। ਤੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਾਮੇਡੀ ਜਿਹੜੀ ਹੈ ਨਾ ਬਹੁਤ ਅਟਰੈਕਟ ਕਰਦੀ ਹੈ, ਕਿਉਂਕਿ ਕਿਹਾ ਜਾਂਦਾ ਕਿ ਕਾਮੇਡੀ ਦੇ ਰਾਹੀਂ ਚੀਜ਼ਾਂ ਨਾ ਚੰਗੀ ਤਰੀਕੇ ਨਾਲ ਸਮਝ ਆ ਜਾਂਦੀਆਂ। ਤੁਹਾਡਾ ਕੀ ਮੰਨਣਾ ਤੇ ਤੁਹਾਡੀ ਪਰਸਨਲ ਚੋਇਸ ਕੀ ਹੈ ਕਿ ਕਿਸ ਤਰੀਕੇ ਵੱਲ ਤੁਹਾਡਾ ਰੁਝਾਨ ਹੈ, ਕਾਮੇਡੀ, ਕੰਟੈਂਟ ਜਾਂ ਕੀ? ਕੰਟੈਂਟ ਤਾਂ ਦੇਖੋ ਹਮੇਸ਼ਾ ਹੀਰੋ ਰਹੂਗਾ, ਮੈਂ ਇਸ ਗੱਲ ਨੂੰ ਸਮਝ ਗਿਆ ਇਸ ਸਫ਼ਰ ਦੇ ਵਿੱਚ, ਆਹ ਜ਼ਰੂਰ ਸਮਝ ਲੱਗੀ ਹੈ ਗੱਲ ਕਿ ਕੰਟੈਂਟ ਜੋ ਤੁਸੀਂ ਗੱਲ ਕਹਿ ਰਹੇ ਹੋ ਫਿਲਮ ਦੇ ਵਿੱਚ, ਜੋ ਸਟੋਰੀ ਹੈ ਤੁਹਾਡੀ, ਜੋ ਮੁੱਦਾ ਹੈ ਤੁਹਾਡਾ, ਉਹ ਬਹੁਤ ਮਜ਼ਬੂਤ ਹੋਣਾ ਚਾਹੀਦਾ। ਤੇ ਹਾਂ, ਉਸ ਮੁੱਦੇ ਨੂੰ ਤੁਸੀਂ ਬੋਰੀਅਤ ਬੋਰਿੰਗ ਬਣਾ ਕੇ ਪੇਸ਼ ਕਰੋਗੇ ਫਿਰ ਲੋਕਾਂ ਨੇ ਨਕਾਰ ਦੇਣਾ, ਉਹਨੂੰ ਤੁਹਾਨੂੰ ਐਂਟਰਟੇਨਮੈਂਟ ਦੇ ਤੌਰ ਤੇ ਹੀ ਪੇਸ਼ ਕਰਨਾ ਪੈਣਾ। ਤੇ ਐਂਟਰਟੇਨਮੈਂਟ ਇਕੱਲਾ ਕਾਮੇਡੀ ਹੀ ਨਹੀਂ ਹੈ, ਐਂਟਰਟੇਨਮੈਂਟ ਦੇ ਵਿੱਚ ਸਾਰਾ ਕੁਛ ਆ ਜਾਂਦਾ, ਵੀ ਲੋਕੀ ਇੰਗੇਜਡ ਹੋਣ, ਉਹ ਇੰਗੇਜਿੰਗ ਹੋਵੇ ਤੁਹਾਡਾ ਜਿਹੜਾ ਤੁਸੀਂ ਕਰ ਰਹੇ ਹੋ, ਜੋ ਲੋਕਾਂ ਨੂੰ ਦੇਖ ਕੇ ਲੱਗੇ ਕਿ ਹਾਂ ਇਹ ਦੇਖਣਾ ਸੀ, ਮਤਲਬ ਕਾਮੇਡੀ ਹੀ ਨਹੀਂ ਕੰਟੈਂਟ ਐਂਟਰਟੇਨਮੈਂਟ ਦੇ ਤਰੀਕੇ ਨਾਲ, ਐਂਟਰਟੇਨਿੰਗ ਤਰੀਕੇ ਨਾਲ ਪੇਸ਼ ਕਰਨਾ ਉਹ ਜ਼ਰੂਰੀ ਹੈ। ਕਾਮੇਡੀ ਇਸ ਕਰਕੇ ਜ਼ਿਆਦਾ ਚੱਲਦੀ ਹੈ ਕਿਉਂਕਿ ਲੋਕਾਂ ਨੂੰ ਸਵਾਦ ਆਉਂਦਾ। ਅੱਜ ਕੱਲ੍ਹ ਲੋਕਾਂ ਦੀ ਜ਼ਿੰਦਗੀ, ਆਪਣੀ ਸਭ ਦੀ ਜ਼ਿੰਦਗੀ ਭੱਜ ਦੌੜ ਵਾਲੀ ਹੈ, ਉਹਦੇ ਵਿੱਚ ਆਪਾਂ ਬੈਠ ਕੇ ਟਿਕ ਕੇ ਕਿਸੇ ਦਾ ਹੈ ਨਾ ਰਦਨ ਨਹੀਂ ਦੇਖ ਸਕਦੇ, ਨਾ ਦੇਖਣਾ ਚਾਹਵਾਂਗੇ। ਆਪਾਂ ਚਾਹਵਾਂਗੇ ਕਿ ਸਾਨੂੰ ਵਧੀਆ ਤਰੀਕੇ ਨਾਲ ਐਂਟਰਟੇਨ ਕੀਤਾ ਜਾਵੇ, ਕਿਉਂਕਿ ਅਸੀਂ ਵਕਤ ਕੱਢ ਕੇ ਇੱਕ ਹਾਲ 'ਚ ਜਾਣਾ, ਸਿਨੇਮਾ ਹਾਲ 'ਚ ਤੁਹਾਨੂੰ ਦੇਖਣ, ਤੁਹਾਡਾ ਕੀਤਾ ਕੰਮ ਦੇਖਣ, ਤਾਂ ਉਹ ਸਾਨੂੰ ਤੁਸੀਂ ਮਨੋਰੰਜਨ ਦੇਵੋ, ਹੈ ਨਾ। ਉਹ ਇਸ ਕਰਕੇ ਸਾਡਾ ਰੁਝਾਨ ਇੱਧਰ। ਨਾਢੂ ਖਾਨ ਦੀ ਗੱਲ ਕਰੀਏ, ਕਿਸੇ ਵੀ ਟੀਮ ਮੈਂਬਰ ਨਾਲ ਗੱਲ ਕਰੋ ਨਾ, ਤਾਂ ਇੱਕ ਗੱਲ ਜ਼ਰੂਰ ਸੁਣਨ ਨੂੰ ਮਿਲਦੀ ਹੈ ਕਿ ਜਿਹੜਾ ਪੇਪਰ ਵਰਕ ਇਸਦਾ ਸੀਗਾ, ਜਿਹੜੀ ਕਹਾਣੀ ਇਸਦੀ ਹੈ, ਜਾਂ ਜੋ ਰਿਟਨ ਵਰਕ ਇਹਦਾ ਕੀਤਾ ਗਿਆ ਨਾ, ਬਹੁਤ ਬਾਕਮਾਲ ਕੀਤਾ ਗਿਆ। ਤੇ ਤੁਸੀਂ ਜਦੋਂ ਪੜ੍ਹਿਆ ਸੀਗਾ, ਤੁਸੀਂ ਪੜ੍ਹਿਆ ਸੀਗਾ ਜਾਂ ਤੁਹਾਨੂੰ ਸੁਣਾਇਆ ਗਿਆ ਸੀਗਾ, ਨਰੇਟ ਕਰਕੇ ਤੁਹਾਨੂੰ ਜ਼ਿਆਦਾ ਸਮਝ ਆਇਆ ਜਾਂ ਪੜ੍ਹ ਕੇ ਤੁਹਾਨੂੰ ਪਤਾ ਲੱਗਿਆ ਸੀ ਕਿ ਇਹੀ ਚੀਜ਼ ਹੈ ਜੋ ਮੈਂ ਕਰਨੀ ਹੈ? ਇਹ ਮੈਨੂੰ ਨਾ ਇਮਰਾਨ ਸ਼ੇਖ ਜਿਹੜੇ ਡਾਇਰੈਕਟਰ ਨੇ ਫਿਲਮ ਦੇ, ਉਹਨਾਂ ਨੇ ਮੈਨੂੰ ਫਿਲਮ ਸੁਣਾਈ ਸੀ ਹੋਟਲ ਚੰਡੀਗੜ੍ਹ 'ਚ,
ਮੈਨੂੰ ਜਦੋਂ ਉਹਨਾਂ ਨੇ ਸੁਣਾਈ ਨਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਸੀਗਾ ਕਿ ਹਾਂ ਮੈਨੂੰ ਦਿਖਾਤੀ ਉਹਨਾਂ ਨੇ ਫਿਲਮ, ਮੈਂ ਕਿਹਾ ਬੰਦਾ ਹੈ ਠੀਕ ਹੈ, ਮਤਲਬ ਕ੍ਰੀਏਟਿਵ ਹੈ ਬਹੁਤ, ਹੈ ਨਾ, ਬੰਦੇ ਦਾ ਵਿਜ਼ਨ ਹੈਗਾ। ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਠੀਕ ਹੈ ਮੈਂ ਰਾਈਟਰ ਦੇ ਮੂੰਹੋਂ ਵੀ ਸੁਣਾਓ ਮੈਨੂੰ। ਮੈਂ ਰਾਈਟਰ ਜਿਹੜੇ ਸੁਖਜਿੰਦਰ ਬੱਬਲ ਨੇ ਰਾਈਟਰ, ਉਹਨਾਂ ਨੂੰ ਮਿਲਿਆ, ਉਹਨਾਂ ਨੇ ਵੀ ਮੈਨੂੰ ਸੇਮ ਤਰੀਕੇ ਨਾਲ ਸੁਣਾਈ ਤੇ ਦਿਖਾਤੀ ਫਿਲਮ। ਮੈਂ ਕਿਹਾ ਨਹੀਂ, ਇਹ ਬੰਦੇ ਨਾ ਇੱਕੋ ਹੀ ਗੱਲ ਕਰ ਰਹੇ ਨੇ, ਇੱਕੋ ਹੀ ਪਲੇਟਫਾਰਮ ਤੇ ਨੇ, ਮੀਨਸ ਇਸ ਇਹਨਾਂ ਨੇ ਤਿਆਰੀ ਕੀਤੀ ਹੋਈ ਹੈ। ਫਿਰ ਇਹਨਾਂ ਨੇ ਪ੍ਰੋਡਿਊਸਰਸ ਨਾਲ ਗੱਲ ਕੀਤੀ, ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਵੀਰੇ ਮੈਨੂੰ ਸਕ੍ਰਿਪਟ ਦਿਵੋ। ਬਿਲਕੁਲ, ਮੈਂ ਸਕ੍ਰਿਪਟ ਪੜ੍ਹੀ। ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਆਹ ਚੀਜ਼ ਨਹੀਂ ਸਮਝ ਆ ਰਹੀ, ਮੈਂ ਆਹ ਨਹੀਂ ਸਮਝ ਆ ਰਹੀ, ਮੈਨੂੰ ਸਮਝਾ ਦਿਓ। ਫਿਰ ਇਹਨਾਂ ਨੇ ਸਮਝਾਈਆਂ, ਤੇ ਉਹ ਫਿਲਮ ਮੈਂ ਤਾਂ ਹੀ ਕੀਤੀ ਕਿਉਂਕਿ ਇਹਦੀ ਇਹਦਾ ਕੰਟੈਂਟ ਮੈਨੂੰ ਵਧੀਆ ਲੱਗਾ। ਇਹਦੇ 'ਚ ਇੱਕ ਮੁੱਦਾ ਸੀ, ਇਹਦੇ 'ਚ ਫਜ਼ੂਲ ਗੱਲ ਨਹੀਂ ਕੀਤੀ ਹੋਈ ਕੋਈ ਵੀ, ਕਿ ਇੱਦਾਂ ਹੀ ਕੋਈ ਚੁੱਕ ਲਿਆ ਮੁੱਦਾ ਤੇ ਬਣਾ ਦਿੱਤੀ। ਇਹ 'ਚ ਉਹ ਪਰਿਵਾਰ ਦੀ, ਉਸ ਇਸ 'ਚ ਪਿਆਰ ਦੀ, ਭਾਈਚਾਰੇ ਦੀ, ਖੇਡਾਂ ਦੀ, ਉਹ ਸਾਰੀ ਚੀਜ਼ ਦੀ ਗੱਲ ਕੀਤੀ ਹੋਈ। ਇਸ 'ਚ ਗੱਲ ਕੀਤੀ ਹੋਈ ਹੈ ਕਿ ਪਿੱਛੇ ਨਹੀਂ ਮੁੜਨਾ, ਜਦੋਂ ਘਰ ਦੀ ਇੱਜ਼ਤ ਤੇ ਗੱਲ ਆਵੇ ਤਾਂ ਫਿਰ ਬੰਦੇ ਨੇ ਕਿਵੇਂ ਅੱਗੇ ਆਉਣਾ। ਉਹ ਸਾਰੇ ਕੁਛ ਗੱਲ ਕੀਤੀ ਹੈ, ਫਿਰ ਮੈਨੂੰ ਵਧੀਆ ਲੱਗੀ, ਮੈਂ ਕਿਹਾ ਨਹੀਂ ਕਰਨੀ ਚਾਹੀਦੀ ਹੈ। ਤੇ ਬਾਲੀਵੁੱਡ ਦੇ ਵਿੱਚ ਨਾ ਵੋਮਿਕਾ ਗੁੱਪੀ ਸਾਰਿਆਂ ਨੂੰ ਬਹੁਤ ਹੀ ਸੋਹਣੀ ਲੱਗਦੀ। ਤੁਹਾਡਾ ਫਸਟ ਰਿਐਕਸ਼ਨ ਕੀ ਸੀਗਾ ਕਿ ਮੇਰੀ ਜਿਹੜੀ ਕੋ ਸਟਾਰ ਹੈ ਉਹ ਇੰਨੀ ਹੈ, ਮਤਲਬ ਅੰਗਰੇਜ਼ੀ ਵਾਲੀ ਮੈਡਮ ਹੋਣ ਵਾਲੀ ਹੈ? ਹਾਂ, ਉਹ ਵਧੀਆ, ਦੇਖੋ ਉਹ ਜਿੰਨੇ ਉਹ ਸੋਹਣੇ ਨੇ ਉਨੇ ਉਹ ਵਧੀਆ ਕਲਾਕਾਰ ਵੀ ਨੇ। ਵੋਮਿਕਾ ਜੀ ਬਹੁਤ ਸੋਹਣਾ ਕੰਮ ਕਰਦੇ ਨੇ, ਉਹਨਾਂ ਦੀ ਐਕਸਪ੍ਰੈਸ਼ਨ ਸਭ ਕੁਝ, ਡਾਇਲੋਗ ਡਿਲੀਵਰੀ, ਐਵਰੀਥਿੰਗ ਇਜ਼ ਪਰਫੈਕਟ। ਤੇ ਉਹਨਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਬੜਾ ਵਧੀਆ ਰਿਹਾ ਮੇਰਾ। ਮੇਰੇ ਲਈ ਵੀ ਇਹ ਸੀਗਾ ਕਿ ਮੈਂ ਜਿਹਦੇ ਨਾਲ ਪਰਫਾਰਮ ਕਰਾਂ, ਸਾਹਮਣੇ ਮੇਰੇ ਉਹ ਕਲਾਕਾਰ ਹੋਵੇ, ਰੱਬ ਕਰੇ ਉਹ ਕਲਾਕਾਰ ਹੋਵੇ ਜਿਹਨੂੰ ਮੈਂ ਜੇ ਐਕਸ਼ਨ ਰਿਐਕਸ਼ਨ ਪਰਫੈਕਟਲੀ ਅਸੀਂ, ਹੈ ਨਾ, ਐਕਸਚੇਂਜ ਕਰ ਸਕੀਏ। ਤੇ ਉਹ ਲੱਕੀਲੀ ਉਹ ਪੋਸੀਬਲ ਹੋ ਗਿਆ ਕਿਉਂਕਿ ਉਹ ਬਹੁਤ ਸੋਹਣਾ ਕੰਮ ਕਰਦੇ ਨੇ। ਉਹਨਾਂ ਦੇ ਮੈਂ ਪਹਿਲਾਂ ਵੀ ਕੰਮ ਦੇਖਿਆ, ਕਈ ਫਿਲਮਾਂ ਦੇਖੀਆਂ ਜਿਹੜੀਆਂ ਆਈਆਂ ਉਹਨਾਂ ਦੀਆਂ। ਮਤਲਬ ਸ਼ੀ ਇਜ਼ ਵੈਰੀ ਫਾਈਨ ਐਕਟਰ, ਸ਼ੀ ਇਜ਼ ਅ ਵੈਰੀ ਫਾਈਨ ਐਕਟਰ। ਤੇ ਹੁਣ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਦੀ ਨੌਲੇਜ ਹੋ ਚੁੱਕੀ ਹੈ, ਆਬਵੀਅਸਲੀ 10 ਸਾਲ ਹੋ ਗਏ। ਕਿਸੇ ਵੀ ਪ੍ਰੋਜੈਕਟ ਦਾ ਇੱਕ ਨਾ ਕਰਨ ਦਾ ਤੁਹਾਡਾ ਪੁਆਇੰਟ ਕੀ ਹੁੰਦਾ ਕਿ ਮੈਂ ਕੀ ਕਰਨਾ ਹੈ? ਉਹ ਤਾਂ ਤੁਹਾਨੂੰ ਸਮਝ ਲੱਗ ਗਿਆ, ਪਰ ਕੀ ਤੁਸੀਂ ਨਹੀਂ ਕਰਨਾ ਚਾਹੁੰਦੇ? ਬੜਾ ਸੋਹਣਾ ਤੁਸੀਂ ਸਵਾਲ ਪੁੱਛਿਆ। ਉਹ ਕੀ ਹੈ ਕਿ ਤੁਸੀਂ ਨਹੀਂ ਕਰਨਾ ਚਾਹੁੰਦੇ? ਮੈਂ ਹੁਣ ਇੱਕ ਗੱਲ ਤੇ ਸਮਝ ਗਿਆ, ਜਦੋਂ ਮੇਰੇ ਦਿਲ ਤੇ ਦਿਮਾਗ ਦੋਵਾਂ ਨੇ ਗੱਲ ਕਹੀ, ਜਦੋਂ ਮੈਂ ਕਨਫਿਊਜ਼ਡ ਹੋਇਆ, ਜਦੋਂ ਮੈਂ ਡਿਲਮਾ ਚ ਹੋਇਆ, ਜਦੋਂ ਮੈਂ ਡਬਲ ਮਾਈਂਡਡ ਹੋਇਆ, ਮੈਂ ਉਹ ਕੰਮ ਨਹੀਂ ਕਰਨਾ ਕਿਉਂਕਿ ਮੈਂ 100% ਨਹੀਂ ਦੇ ਪਾਊਂਗਾ, ਮੈਂ ਨਹੀਂ ਕਰੂੰਗਾ। ਇਹ ਬੜਾ ਕਲੀਅਰ ਹੋ ਗਿਆ ਹੁਣ, ਮੈਂ ਸਮਝ ਲੈ ਪਤਾ ਲੱਗ ਗਿਆ। ਗਾਣਾ ਹੋਵੇ ਭਾਵੇਂ ਫਿਲਮ ਹੋਵੇ, ਮੈਨੂੰ ਜੇ ਐਂ ਲੱਗ ਰਿਹਾ ਕਿ ਨਹੀਂ ਯਾਰ ਉਹ ਗੱਲ ਜੀ ਪਤਾ ਨਹੀਂ ਕਿਉਂ ਮੈਨੂੰ ਸਮਝ ਨਹੀਂ ਆ ਰਹੀ, ਮੈਂ ਰਿਲੇਟ ਨਹੀਂ ਕਰ ਪਾ ਰਿਹਾ, ਮੈਂ ਸਿੱਧੀ ਜੀ ਗੱਲ ਹੈ ਮੈਂ ਨਹੀਂ ਕਰੂੰਗਾ ਕਿਉਂਕਿ ਮੈਂ ਉਹਨਾਂ ਦਾ ਵੀ, ਸਾਹਮਣੇ ਵਾਲਿਆਂ ਦਾ ਵੀ ਤੇ ਆਪਣਾ ਵੀ ਟਾਈਮ ਨਹੀਂ ਕਰਨਾ, ਖਰਾਬ ਨਹੀਂ ਕਰਨਾ, ਹੈ ਨਾ। ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਮੈਂ ਤਾਂ ਇਹ ਵੀ ਕਹਿੰਦਾ ਕਿ ਮੈਂ ਨਹੀਂ ਸਮਝ ਪਾ ਰਿਹਾ ਕਿ ਮੈਂ ਐਵੇਂ, ਹੈ ਨਾ, ਤੁਹਾਡੇ ਕੋਲੋਂ ਪੈਸੇ ਫੜ ਲਾਂ, ਫਿਲਮ ਕਰ ਲਾਂ, ਬੱਚ ਬਾਅਦ ਚੋਂ 100% ਦੇ ਨਾ ਪਾਵਾਂ, ਫਾਇਦਾ ਹੀ ਨਹੀਂ ਹੋਈ। ਬਿਲਕੁਲ। ਤੇ ਪੰਜਾਬੀ ਸਿਨੇਮਾ ਨਾ ਇੰਨੀ ਮਤਲਬ ਤੇਜ਼ੀ ਨਾਲ ਵੱਧ ਰਹੇ ਨੇ, ਇੰਨੀ ਰਫਤਾਰ ਫੜੀ ਹੋਈ ਹੈ ਕਿ ਸਕ੍ਰਿਪਟਸ ਵੀ ਬਹੁਤ ਜ਼ਿਆਦਾ ਹੈ, ਫਿਲਮਾਂ ਬਹੁਤ ਜ਼ਿਆਦਾ ਹੈ। ਇਸੇ ਕਰਕੇ ਮੈਨੂੰ ਲੱਗਦਾ ਕਿ ਕਈ ਸਿੰਗਰਸ, ਕਈ ਤਾਂ ਬਹੁਤ ਕਮਾਲ ਦੇ ਸਿੰਗਰਸ ਨੇ ਜੋ ਐਕਟਰ ਬਣ ਚੁੱਕੇ ਨੇ, ਤੁਹਾਨੂੰ ਏਦਾਂ ਲੱਗਦਾ ਕਿ ਇੱਕ ਜਿਹੜਾ ਥੀਏਟਰ ਆਰਟਿਸਟ ਹੈ ਜਾਂ ਜਿਹੜਾ ਐਸਟੈਬਲਿਸ਼ਡ ਐਕਟਰ ਹੈ ਉਹਨੂੰ ਜ਼ਿਆਦਾ ਮੌਕਾ ਮਿਲਣਾ ਚਾਹੀਦਾ ਤੇ ਸਿੰਗਿੰਗ ਤੋਂ ਐਕਟਿੰਗ ਦੇ ਵਿੱਚ ਨਹੀਂ ਆਉਣਾ ਚਾਹੀਦਾ? ਨਹੀਂ, ਇੱਦਾਂ ਤਾਂ ਮੈਂ ਕਦੇ ਵੀ ਨਹੀਂ ਮੰਨਦਾ, ਨਾ ਮੇਰਾ ਇਹ ਮੰਨਣਾ ਹੈ ਕਿ ਸਿੰਗਿੰਗ ਤੋਂ ਐਕਟਿੰਗ 'ਚ ਨਹੀਂ ਆਉਣਾ ਚਾਹੀਦਾ। ਬਈ ਮੈਂ ਕੌਣ ਹੁੰਦਾ ਇਹ ਕਹਿਣ ਵਾਲਾ? ਹਾਂ, ਮਤਲਬ ਇਹ ਜ਼ਰੂਰ ਹੈ ਕਿ ਨਵੇਂ ਬੰਦਿਆਂ ਨੂੰ ਚਾਂਸ ਮਿਲਣਾ ਚਾਹੀਦਾ, ਨਵੇਂ ਟੈਲੈਂਟ ਨੂੰ ਚਾਂਸ ਮਿਲਣਾ ਚਾਹੀਦਾ। ਸਾਡੇ ਪੰਜਾਬ 'ਚ ਬਹੁਤ ਟੈਲੈਂਟ ਹੈ, ਇੱਥੋਂ ਦੀ ਮੁੰਡੇ ਕੁੜੀਆਂ ਬੰਬੇ ਜਾ ਕੇ ਆਪਦਾ ਤਗੜਾ ਨਾਂ ਬਣਾ ਲੈਂਦੇ, ਇੱਥੇ ਕਿਉਂ ਨਹੀਂ, ਇੱਥੇ ਕਿਉਂ ਨਹੀਂ, ਇੱਥੇ ਵੀ ਤਾਂ ਕਰ ਸਕਦੇ ਆ। ਇਹੀ ਕਿ ਜਿਹੜਾ ਫਰੈਸ਼ ਟੈਲੈਂਟ ਹੈ ਨਾ ਉਹਨੂੰ ਮਤਲਬ ਕਿਉਂ ਨਹੀਂ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੇ, ਇੰਨੇ ਥੀਏਟਰ ਆਰਟਿਸਟ ਨੇ, ਇੰਨੇ ਯੂਟਿਊਬ ਪ੍ਰੋਡਿਊਸਰ ਨੂੰ ਪੁੱਛੋ, ਮੈਨੂੰ ਨਹੀਂ ਪਤਾ ਇਸ ਬਾਰੇ। ਮੈਂ ਤਾਂ ਆਪ ਮੈਂ ਖੁਸ਼ਕਿਸਮਤ ਰਿਹਾ ਵੀ ਮੈਨੂੰ, ਹਾਲਾਂਕਿ ਇਹ ਗੱਲ ਮੇਰੇ ਨਾਲ ਵੀ ਹੋਈ ਸੀਗੀ। ਜੇ ਮੈਂ ਸੱਚੀ ਦੱਸਾਂ, ਮੈਂ ਪਿੱਛੇ ਜਾਵਾਂ, ਜੇ 8-9 ਸਾਲ ਪਿੱਛੇ ਜਾਵਾਂ, ਤਾਂ ਮੈਨੂੰ ਇਹ ਗੱਲ ਸਾਹਮਣੇ ਸੁਣਨ ਨੂੰ ਆਈ ਸੀ ਵੀ ਨਹੀਂ, ਅਸੀਂ ਨਹੀਂ ਲੈਣਾ ਇਹਨੂੰ, ਬਈ ਅਸੀਂ ਨਹੀਂ ਇਹਦੇ ਨਾਲ ਕੰਮ, ਫੈਨ ਫੋਲੋਇੰਗ ਨਹੀਂ ਹੈਗੀ, ਫੈਨ ਫੋਲੋਇੰਗ ਨਹੀਂ ਹੈਗੀ, ਇਹ ਬੰਦਾ ਸਟਾਰ ਨਹੀਂ ਹੈਗਾ, ਇਹ ਬੰਦਾ, ਸਾਨੂੰ ਸਟਾਰ ਚਾਹੀਦਾ। ਤੇ ਉਹ ਸਾਡੇ ਅਨੁਰਾਗ ਭਾਜੀ ਸੀਗੇ ਜਿਹਨਾਂ ਨੇ ਗੱਲ ਠੋਕ ਵਜਾ ਕੇ ਕਹੀ ਸੀਗੀ ਕਿ ਅੱਜ ਸਟਾਰ ਨਹੀਂ ਹੈ ਤਾਂ ਕੱਲ ਨੂੰ ਬਣ ਜੂਗਾ, ਪਰ ਬੰਦੇ ਨੂੰ ਕੰਮ ਆਉਂਦਾ। ਉਹ ਜਦੋਂ ਬਾਹਰ ਆਈ ਫਿਲਮ, ਫਿਰ ਸਾਰਿਆਂ ਨੂੰ ਲੱਗਾ ਕਿ ਹਾਂ ਯਾਰ, ਬਈ ਜੱਟ ਟਿੰਕਾ ਜੇ ਇਹਨੇ ਬਣਾਇਆ, ਇਹ ਕੈਰੇਕਟਰ ਪਲੇ ਕੀਤਾ, ਤਾਂ ਇਹਨੇ ਸਾਂਭ ਲਿਆ ਕੈਰੇਕਟਰ। ਤਾਂ ਉਹ ਭਰੋਸਾ ਬਹੁਤ ਜ਼ਰੂਰੀ ਹੈ ਕਰਨਾ ਨਵੇਂ ਟੈਲੈਂਟ ਤੇ, ਜਿਵੇਂ ਮੇਰੇ ਤੇ ਕੀਤਾ ਗਿਆ। ਮੈਂ ਬੰਬੇ ਜਦੋਂ ਗਿਆ ਸੀ, ਇੱਥੋਂ ਗਿਆ ਸੀ, ਸੀਰੀਅਲ ਦਾ ਆਡੀਸ਼ਨ ਦਿੱਤਾ ਡਿੰਪੀ ਸਿਨਹਾ ਨੇ, ਉਹਨਾਂ ਨੇ ਮੇਰਾ ਆਡੀਸ਼ਨ ਕੀਤਾ ਸੀਗਾ, ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ। ਮੇਰੀ ਉਮਰ ਛੋਟੀ ਸੀ ਮੇਰੇ ਉਸ ਕੈਰੇਕਟਰ ਨਾਲੋਂ, 10 ਸਾਲ ਛੋਟੀ ਉਮਰ ਸੀ। ਉਹਨਾਂ ਨੇ ਉਹ ਮੇਰਾ ਆਡੀਸ਼ਨ ਭੇਜਿਆ ਚੈਨਲ ਕਲਰ ਚੈਨਲ ਚ, ਵਧੀਆ ਲੱਗਾ ਉਹਨਾਂ ਨੂੰ ਜੋ ਮੈਨੂੰ ਸੁਣਨ ਨੂੰ ਮਿਲਿਆ, ਡਿੰਪੀ ਜੀ ਦੱਸਦੇ ਨੇ।
ਉਦੋਂ ਦੱਸ ਉਹਨਾਂ ਨੇ ਦੱਸਿਆ ਮੈਨੂੰ ਡਿੰਪੀ ਸਿਨਹਾ ਫੀਮੇਲ ਨੇ ਉਹ ਕਾਸਟਿੰਗ ਕਰਦੇ ਨੇ ਉੱਥੇ ਬੰਬੇ ਚ ਉਹਨਾਂ ਨੇ ਮੈਨੂੰ ਕਿਹਾ ਕਿ ਹਰੀਸ਼ ਤੂੰ ਐਕਟਰ ਮੈਨੂੰ ਜਚਿਆ ਮੈਂ ਤਾਂ ਤੇਰਾ ਭੇਜਿਆ ਪਰ ਤੇਰੀ ਏਜ ਨੀ ਹੈ ਕਰੈਕਟਰ ਦੀ ਫਿਰ ਉਹਨਾਂ ਨੇ ਕਿਹਾ ਮੁੱਛ ਲਾ ਦੂ ਮੁੱਛ ਲਾ ਕੇ ਏਜ ਵੱਡੀ ਕਰੋ ਪਰ ਐਕਟਰ ਇਹ ਚਾਹੀਦਾ ਉਹਨਾਂ ਨੇ ਭਰੋਸਾ ਕੀਤਾ ਮੇਰੇ ਤੇ ਬਿਲਕੁਲ ਬਿਲਕੁਲ ਮੈਨੂੰ ਆਡੀਸ਼ਨ ਦੇ ਥਰੂ ਸੀਰੀਅਲ ਮਿਲਿਆ ਆਡੀਸ਼ਨ ਮੈਨੂੰ ਯਾਰ ਮਿਲੇ ਦਾ ਮੈਂ ਆਡੀਸ਼ਨ ਦਿੱਤਾ ਸੀ ਯਾਰ ਮਿਲੇ ਫਿਲਮ ਲਈ ਮੈਂ ਆਡੀਸ਼ਨ ਦਿੱਤਾ ਸੀ ਤਾਂ ਜਾ ਕੇ ਮੈਨੂੰ ਮਿਲਿਆ ਔਰ ਮੈਨੂੰ ਇਹ ਵੀ ਪਤਾ ਹੈ ਕਿ ਫਿਲਮ ਤੋਂ ਦੋ ਦਿਨ ਪਹਿਲਾਂ ਤੱਕ ਇਹ ਸੀਗਾ ਕਿ ਕੋਈ ਹੋਰ ਦੇਖ ਲਓ ਕੋਈ ਹੋਰ ਦੇਖ ਬਟ ਠੀਕ ਹੈ ਭਰੋਸਾ ਸੀਗਾ ਕਿਸਮਤ ਵੀ ਸੀਗੀ ਕਿਸਮਤ ਸੀਗੀ ਬਿਲਕੁਲ ਤੇ ਉਹ ਬਣ ਗਈ ਗੱਲ ਹਾਰਡ ਵਰਕ ਸੀਗਾ ਬਹੁਤ ਜ਼ਰੂਰੀ ਹੈ ਭਰੋਸਾ ਕਰਨਾ ਭਰੋਸਾ ਕਰਨਾ ਬਿਲਕੁਲ ਤੇ ਕਹਿ ਸਕਦੇ ਜਿਹੜੀ ਨਾਨ ਆ ਇਸ ਦੇਸ ਲਾਡੋ ਦੇ ਵਿੱਚ ਮੁੱਛ ਲੱਗੀ ਸੀਗੀ ਉਹ ਮੁੱਛ ਅੱਜ ਕੰਮ ਆ ਰਹੀ ਹੈ ਉਹ ਮੁੱਛ ਕੰਮ ਆ ਰਹੀ ਹੈ ਬਿਲਕੁਲ ਬਿਲਕੁਲ ਕੰਮ ਆ ਰਹੀ ਹੈ ਜੀ ਨਾਡੂ ਖਾਨ ਦੇ ਲਈ ਕੀ ਤੁਹਾਡੀ ਪਰਸਨਲ ਤਿਆਰੀ ਸੀਗੀ ਕੈਰੈਕਟਰ ਲਈ ਤਾਂ ਸੀਗੀ ਪਰ ਫਿਜ਼ੀਕਲੀ ਤਾਂ ਉਹਨੂੰ ਦੇਖਿਆ ਜਾਏ ਨਾ ਤੇ ਕੋਈ ਚੇਂਜ ਨੀ ਲੱਗਿਆ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਮਿਹਨਤ ਹੋਣੀ ਚਾਹੀਦੀ ਸੀਗੀ ਫਿਜ਼ੀਕ ਨੂੰ ਵੀ ਥੋੜਾ ਵਧਾਉਣਾ ਚਾਹੀਦਾ ਸੀ ਉਹਦਾ ਉਹਦਾ ਮੈਂ ਕਿਹਾ ਵੀ ਸੀ ਡਾਇਰੈਕਟਰ ਨੂੰ ਮੈਂ ਨਾ ਲੋਕਾਂ ਨੂੰ ਕਿਹਾ ਸੀ ਮੈਂ ਕਿਹਾ ਯਾਰ ਉਹ ਡਾਇਲੋਗ ਪਾਓ ਟ੍ਰੇਲਰ ਦੇ ਵਿੱਚ ਵੀ ਉਹਦੇ ਚ ਪਤਾ ਲੱਗੇ ਵਾਰ ਵਾਰ ਇਹ ਗੱਲ ਕਹੀ ਜਾਂਦੀ ਹੈ ਫਿਲਮ ਦੇ ਵਿੱਚ ਵੀ ਤੇਰਾ ਤਨ ਨਹੀਂ ਹੈ ਭਲਵਾਨਾਂ ਵਾਲਾ ਤੂੰ ਭਲਵਾਨ ਨਹੀਂ ਲੱਗਦਾ ਤੂੰ ਭਲਵਾਨ ਨਹੀਂ ਹੈਗਾ ਐਕਚੁਲੀ ਇਹ ਨਾ ਇਮਰਾਨ ਸ਼ੇਖ ਸਾਡੇ ਡਾਇਰੈਕਟਰ ਨੇ ਉਹਨਾਂ ਦਾ ਮੰਨਣਾ ਸੀ ਕਿ ਬਾਡੀ ਨਹੀਂ ਬਣਾਉਣੀ ਆਪਾਂ ਬਸ ਪਤਲੇ ਹੋ ਜਾਓ ਜਿੰਨੇ ਹੋ ਸਕਦੇ ਹੋ ਵੀ ਬਾਡੀ ਨਾ ਬਣਾਇਓ ਹੈ ਨਾ ਬਈ ਤੁਸੀਂ ਲੂਜ਼ ਕਰੋ ਜਿੰਨਾ ਕਰ ਸਕਦੇ ਹੋ ਬਾਡੀ ਬਣਾ ਲਈ ਫਿਰ ਤਾਂ ਓਬਵੀਅਸ ਸੀਗਾ ਕਿ ਬੰਦਾ ਲੜੂਗਾ ਜੀ ਉਹ ਬੰਦਾ ਨਾ ਸੁਪਨਿਆਂ ਚ ਸੋਚਦਾ ਮੈਂ ਭਲਵਾਨਾਂ ਨੂੰ ਢਾ ਰਿਹਾ ਮੈਂ ਪਿੰਡ ਦਾ ਉਹ ਫਲਾਣੇ ਪਿੰਡ ਦਾ ਜਿਹੜਾ ਬੜਾ ਭਲਵਾਨ ਹੈ ਕਹਿੰਦਾ ਕਹਾਉਂਦਾ ਉਹਨੂੰ ਢਾਇਆ ਹੋਇਆ ਬਿਲਕੁਲ ਸੁਪਨੇ ਲੈਂਦਾ ਬਟ ਉਹਦੀ ਆਪਦੇ ਸਰੀਰ ਨੀ ਹੈਗਾ ਉਹਦਾ ਭਲਵਾਨਾਂ ਵਾਲਾ ਉਹ ਲੱਗਦਾ ਨੀ ਭਲਵਾਨ ਕਿਸੇ ਐਂਗਲ ਤੋਂ ਨਾ ਉਹਨੂੰ ਦਾਅ ਪੇ ਚ ਆਉਂਦੇ ਨੇ ਬਟ ਉਹ ਚਾਹੁੰਦਾ ਮੈਂ ਭਲਵਾਨ ਬਣਨਾ ਤਾਂ ਉਹਨੂੰ ਉਹਦੇ ਪਿਓ ਵੀ ਕਹਿੰਦਾ ਪਿੰਡ ਵਾਲੇ ਵੀ ਕਹਿੰਦੇ ਨੇ ਬਈ ਭਲਵਾਨੀ ਏਦਾਂ ਨੀ ਉਸ ਲਈ ਤਨ ਵੀ ਚਾਹੀਦਾ ਅੱਡੀਆਂ ਟੁੱਟਦੀਆਂ ਨੇ ਉਹ ਕਹਿੰਦਾ ਕੋਈ ਚੱਕਰ ਨੀ ਉਹਨੂੰ ਇਹ ਹੈ ਬਸ ਤੇਰਾ ਪੁੱਤ ਦੇਖੀ ਚੰਨ ਚਾੜੂ ਤੇਰਾ ਪੁੱਤ ਦੇਖੀ ਟਾਊ ਫਲਾਣੇ ਭਲਵਾਨ ਨੂੰ ਟਾਊ ਫਲਾਣੇ ਨੂੰ ਢਾ ਲਿਆ ਢਾਇਆ ਤੇ ਪਤਾ ਨੀ ਛੱਬੀ ਨੂੰ ਪਤਾ ਲੱਗੂਗਾ ਵੈਸੇ ਮੈਂ ਸੱਚੀ ਕਹਿੰਦਾ ਕਿ ਇਹ ਇੱਕ ਰੀਜ਼ਨ ਹੈ ਕਿ ਮੈਨੂੰ ਉਹਨਾਂ ਨੇ ਕਿਹਾ ਸੀ ਬਾਡੀ ਬਣਾਉਣ ਨੂੰ ਹਾਲਾਂਕਿ ਮੇਰਾ ਬੜਾ ਮਨ ਹੈ ਕਿ ਮੈਨੂੰ ਕੋਈ ਕੈਰੈਕਟਰ ਮਿਲੇ ਜਿਸ ਚ ਮੇਰੀ ਫਿਜ਼ੀਕ ਹੋਵੇ ਮੈਂ ਚਾਹੁੰਦਾ ਕਿ ਮੈਂ ਉਹ ਕੈਰੈਕਟਰ ਲਈ ਕਰੂੰਗਾ ਤਿਆਰ ਅਦਰਵਾਈਜ਼ ਨਾ ਮੈਂ ਬੰਨਿਆ ਨੀ ਜਾਣਾ ਚਾਹੁੰਦਾ ਫਿਰ ਮੈਂ ਸਾਰੀ ਫਿਲਮ ਚ ਇੱਕੋ ਵਰਗਾ ਲੱਗੂੰਗਾ ਤੇ ਬਟ ਯੂ ਨੈਵਰ ਨੋ ਕਦੋਂ ਮੈਂ ਸ਼ੁਰੂ ਕਰ ਦਵਾਂ ਪਰ ਇਹ ਇਹ ਸਾਡੇ ਡਾਇਰੈਕਟਰ ਸਾਹਿਬ ਦੀ ਤੇ ਕੈਰੈਕਟਰ ਦੀ ਡਿਮਾਂਡ ਸੀਗੀ ਇਸ ਕਰਕੇ ਬਾਡੀ ਨੀ ਬਣਾਈ ਹੋਈ ਪਰ ਤੁਹਾਡੀ ਐਕਟਿੰਗ ਦੀ ਗੱਲ ਕਰੀਏ ਬਹੁਤ ਵਧੀਆ ਲੱਗਦੀ ਹੈ ਹਮੇਸ਼ਾ ਲੱਗਦੀ ਰਹੇਗੀ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਕਿ ਤੁਸੀਂ ਅਮਰਿੰਦਰ ਗਿੱਲ ਜੀ ਤੋਂ ਬਹੁਤ ਕੁਝ ਸਿੱਖਿਆ ਤੇ ਉਹਨਾਂ ਤੋਂ ਬਹੁਤ ਜ਼ਿਆਦਾ ਇੰਸਪਾਇਰਡ ਵੀ ਰਹਿੰਦੇ ਹੋ ਕਿਹੜੀ ਇੱਕ ਐਸੀ ਚੰਗੀ ਗੱਲ ਹੈ ਉਹਨਾਂ ਦੀ ਜਿਹੜੀ ਤੁਸੀਂ ਅੱਜ ਤੱਕ ਨਾਲ ਲੈ ਕੇ ਖੜੇ ਹੋ ਗ੍ਰੈਬ ਕੀਤੀ ਹੋਈ ਹੈ ਕਿ ਇਹ ਕਦੀ ਨਹੀਂ ਛੱਡਾਂਗਾ ਉਹਨਾਂ ਦੀਆਂ ਸਾਰੀਆਂ ਗੱਲਾਂ ਬਹੁਤ ਕਮਾਲ ਨੇ ਉਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ ਜਿੰਨਾ ਮੈਨੂੰ ਉਹਨਾਂ ਨਾਲ ਮੌਕਾ ਮਿਲਿਆ ਰਹਿਣ ਦਾ ਜਦੋਂ ਉਹ ਸਾਹਮਣੇ ਹੁੰਦੇ ਨੇ ਮੈਂ ਉਦੋਂ ਬਸ ਉਹਨਾਂ ਨੂੰ ਦੇਖਦਾ ਰਹਿੰਦਾ ਜਦੋਂ ਮੈਂ ਈਵਨ ਪੜ੍ਹਦਾ ਸੀਗਾ ਉਦੋਂ ਭਾਜੀ ਹੋਰਾਂ ਦੇ ਗੀਤ ਮੈਂ ਸੁਣਦਾ ਸੀ ਮੈਨੂੰ ਨਹੀਂ ਸੀ ਪਤਾ ਭਾਜੀ ਨੂੰ ਮੈਂ ਮਿਲੂੰਗਾ ਭਾਜੀ ਦੇ ਨਾਲ ਬੈਠਣ ਦਾ ਮੌਕਾ ਮਿਲੂਗਾ ਉਹਨਾਂ ਦੇ ਨਾਲ ਕੰਮ ਕਰੂੰਗਾ ਅਮਰਿੰਦਰ ਭਾਜੀ ਹੋਰਾਂ ਦੀ ਇੱਕ ਬੜੀ ਕਮਾਲ ਦੀ ਗੱਲ ਹੈ ਕਿ ਉਹ ਉਹਨਾਂ ਦਾ ਔਰਾ ਹੈ ਨਾ ਇੱਕ ਆਲਾ ਦੁਆਲਾ ਬੜਾ ਪੋਜ਼ਿਟਿਵ ਹੈ ਭਾਜੀ ਨੂੰ ਮੈਂ ਕੁਛ ਵੀ ਗੱਲ ਪੁੱਛਦਾ ਕਹਿੰਦਾ ਤੇ ਉਹਨਾਂ ਕੋਲ ਹੁੰਦਾ ਕੋਈ ਚੱਕਰ ਨਹੀਂ ਹੋਜੂਗਾ ਕਰ ਲਾਂਗੇ ਡਨ ਹੈ ਹੋਜੂਗਾ ਕਰ ਲਾਂਗੇ ਹੋਜੂਗਾ ਫਿਕਰ ਨਾ ਕਰੀ ਕੋਈ ਵੀ ਕੰਮ ਕਰਨਾ ਹੁੰਦਾ ਭਾਜੀ ਹਮੇਸ਼ਾ ਇੱਕ ਗੱਲ ਕਹਿੰਦੇ ਨੇ ਕਿ ਚਿੰਤਾ ਨਹੀਂ ਕਰਨੀ ਟੈਨਸ਼ਨ ਲੈ ਕੇ ਨਹੀਂ ਕਰਨੀ ਬਸ ਮਿਹਨਤ ਨਾਲ ਚੰਗੇ ਉਹਦੇ ਨਾਲ ਨੀਤ ਨਾਲ ਕਰਨਾ ਪੋਜ਼ਿਟਿਵ ਰਹਿ ਕੇ ਕਰਨਾ ਹਾਂ ਉਹ ਕਹਿੰਦੇ ਹੋਜੂਗਾ ਕਰ ਲਾਂਗੇ ਫਿਕਰ ਨਾ ਕਰ ਮਤਲਬ ਇਹ ਕਿੱਡਾ ਵੱਡਾ ਹੌਸਲਾ ਉਹ ਮੈਂ ਸਿੱਖਿਆ ਭਾਜੀ ਤੋਂ ਵੀ ਹੋਜੂਗਾ ਕਰ ਲਾਂਗੇ ਹੋਜੂਗਾ ਤੇ ਉਮੀਦ ਕਰਦੇ ਹਾਂ ਕਿ ਇਹੀ ਤੁਹਾਡੀ ਜਿਹੜੀ ਐਨਰਜੀ ਹਮੇਸ਼ਾ ਬਣੀ ਰਹੇ ਬਣੀ ਰਹੂਗੀ ਕਿ ਤੁਸੀਂ ਹਮੇਸ਼ਾ ਕਹੋ ਕਿ ਕੋਈ ਗੱਲ ਨਹੀਂ ਹੋ ਜਾਏਗਾ ਬਣੀ ਰਹੂਗੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੁਹਾਡੇ ਐਕਸਪ੍ਰੈਸ਼ਨਸ ਬਹੁਤ ਵਧੀਆ ਨੇ ਤੇ ਉਮੀਦ ਕਰਦੇ ਹਾਂ ਕਿ ਤੁਹਾਡੀ ਜਿਹੜੀ ਸਿਲੈਕਸ਼ਨ ਹੈ ਨਾ ਸਕ੍ਰਿਪਟਸ ਦੀ ਉਹ ਐਵੇਂ ਬਣੀ ਰਹੇ ਤਾਂ ਕਿ ਸਾਨੂੰ ਸੋਹਣੀਆਂ ਸੋਹਣੀਆਂ ਫਿਲਮਾਂ ਮਿਲਣ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਆਲ ਦਾ ਵੈਰੀ ਬੈਸਟ ਟੂ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਤੇ ਇਹਨਾਂ ਨੇ ਤਾਂ ਸਿੱਖਿਆ ਜੀ ਅਮਰਿੰਦਰ ਗਿੱਲ ਤੋਂ ਤੁਸੀਂ ਇਹਨਾਂ ਦੀਆਂ ਗੱਲਾਂ ਤੋਂ ਕੀ ਸਿੱਖਿਆ ਤੇ ਦੋਨਾਂ ਦੀਆਂ ਗੱਲਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਸਾਨੂੰ ਕਮੈਂਟ ਕਰਕੇ ਦੱਸਣਾ ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰੀ ਸਤਿ ਸ਼੍ਰੀ ਅਕਾਲ